ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਅਰਸ਼ ਨੂੰ ਉਹਨਾਂ ਦੀ ਖੂਬਸੂਰਤ ਜੋੜੀ ਨੂੰ ਗੁਰੂ ਮਹਾਰਾਜ ਚੜ੍ਹਦੀ ਕਲਾ 'ਚ ਰੱਖਣ, ਤੰਦਰੁਸਤੀਆਂ ਬਖਸ਼ਣ, ਆਪਣੇ ਮਾਂ ਬਾਪ ਦੀ ਸੇਵਾ ਕਰਨ ਦਾ ਬਲ ਬਖਸ਼ਣ, ਕਿਉਂਕਿ ਕੁਛ ਦੋਸਤਾਂ ਦੇ ਨਾਲ ਇੱਕ ਪਿਆਰ ਹੁੰਦਾ, ਇੱਕ ਸਨੇਹ ਹੁੰਦਾ ਹੈ। ਸੋ ਅਸੀਂ ਉਸੇ ਪਿਆਰ ਨੂੰ ਮੱਦੇਨਜ਼ਰ ਰੱਖ ਕੇ ਇੱਥੇ ਪਹੁੰਚੇ ਹਾਂ, ਕਿਉਂਕਿ ਅਰਸ਼ ਦਾ ਸੁਭਾਅ ਬਹੁਤ ਵਧੀਆ, ਜਦੋਂ ਵੀ ਮਿਲਦਾ ਅੱਧਾ ਹੋ ਕੇ ਮਿਲਦਾ, ਕਹਿੰਦੇ ਹੁੰਦੇ ਸਿਆਣੇ ਕਿ ਫਲਾਣਾ ਬੰਦਾ ਭਾਈ ਅੱਧਾ ਹੋ ਕੇ ਮਿਲਦਾ, ਨੀਵਾਂ ਹੋ ਕੇ ਮਿਲਦਾ। ਸੋ ਇੱਕ ਬਹੁਤ ਵੱਡੀ ਮਾਲਕ ਦੀ ਬਖਸ਼ਿਸ਼ ਹੁੰਦੀ ਹੈ। ਸੋ ਇਹਦਾ ਇਹ ਪਿਆਰ ਸਾਨੂੰ ਇੱਥੇ ਖਿੱਚ ਲਿਆ, ਛੋਟੇ ਜਿਹੇ ਹਾਲ ਵੀ ਲਵਾਵਾਂਗੇ। ਮੈਨੂੰ ਪਤਾ ਨਹੀਂ ਪਹਿਲਾਂ ਪਤਾ ਨਹੀਂ ਹੋ ਗਿਆ, ਚਲੋ ਠੀਕ ਹੈ, ਪਰ ਥੋੜ੍ਹਾ ਜਿਹਾ ਗਿੱਧਾ ਗੁੱਧਾ ਪਾ ਕੇ ਨੱਚ ਲੈਣੇ, ਦੋ ਚਾਰ ਬੋਲੀਆਂ ਪਾ ਲੈਣੇ। ਸਾਰੇ ਜਣੇ ਇੱਥੇ ਆ ਜਾਓ, ਜਿਹੜੇ ਜਿਹੜੇ ਵਿਆਹ 'ਤੇ ਨੱਚਣ ਟੱਪਣ ਆਏ ਉਹ ਕਿਰਪਾ ਕਰਕੇ ਆ ਜਾਓ, ਸਾਡੇ ਭੈਣ ਜੀ ਉਹਨਾਂ ਨੂੰ ਬੇਨਤੀ, ਦੋ ਕੁ ਬੋਲੀਆਂ ਪਾ ਲੈਣੇ ਸਿਰਾ ਮਿਲ ਕੇ। ਵਿਆਹ ਆਏ ਹੋ, ਵਿਆਹ ਦੇ ਵਿੱਚ ਨੱਚਣਾ ਤਾਂ ਬਣਦਾ ਹੀ ਹੈ, ਇੱਕ ਗੱਲ ਖਾਣ ਪੀਣ ਨਹੀਂ ਆਏ। ਮੈਂ ਅਨਾਊਂਸ ਕਰ ਦੇਣਾ ਫਿਰ ਕਹਿੰਦੇ ਹੋ